ਭਾਈ 1 ਮਿੰਟ ਸਲਵਾਰ ਨੂੰ ਜੇਬ ਲਾਉਣੀ ਓ ਯਾਰ ਬੰਦ ਕਰੋ ਭਾ ਸਲਵਾਰ ਨੂੰ ਜੇਬ ਲਾਉਣੀ ਆ ਹਾਂ ਹੈਲਮਟ ਕੋ ਆ ਓ ਯਾਰ ਆ ਪਈਆ ਤੇਰਾ ਯਾਰ ਦਿਮਾਗ ਖਰਾਬ ਆ ਤੇਰਾ ਕੀ ਆ ਤੂੰ ਉਤੋਂ ਠੋਕਦਾ ਕਿਉਂ ਲੱਕੀ ਆ ਤੂੰ ਸੈਕਿੰਡ ਹੈਂਡ ਮੰਗਿਆ ਮੈਂ ਤੈਨੂੰ ਦੇਤਾ ਵਾ ਚੱਲ ਰੁਪਈਏ 50 ਲੈ ਲੈ ਇਹਦੇ ਜੇ ਫਿਰ ਹਵਾ ਭਰਾਈ ਮੇਰੇ ਕੋਲੋਂ 50 ਰੁਪਏ ਤੇ ਅੱਜ ਸਾਡੇ ਕੋਲ ਚਿਲਤਨ ਪਿਓਰ ਦੀ ਆਈਟਮ ਆਈ ਆ ਪੜ੍ਹੋ ਹਾਂ ਆ ਟੀ ਟ੍ਰੀਟ ਉਹ ਟ੍ਰੀਟ ਨਹੀਂ ਭਾ ਟੀ ਟ੍ਰੀ ਮੱਡ ਮਾਸਕ ਨਾਜ਼ਰੀਨ ਹੈ ਤੁਸੀਂ ਪੜ੍ਹ ਸਕਦੇ ਹੋ ਟੀ ਟ੍ਰੀ ਮੱਡ ਮਾਸਕ ਸਾਹ ਜੀ ਤੁਸੀਂ ਉੱਥੇ ਜਾਂਦੇ ਨਹੀਂ ਅੱਛਾ ਅੱਛਾ ਜਦੋਂ ਬੰਦਾ ਅਫੀਸ਼ੀਅਲ ਕਰਾਉਂਦਾ ਤੇ ਉਹ ਮਾਸਕ ਵੀ ਲਾਉਂਦੇ ਹਾਂ ਉਹ ਬਲੈਕ ਜਿਹਾ ਤੁਸੀਂ ਨਹੀਂ ਲਗਾਉਂਦੇ ਮਾਸਕ ਹੁੰਦਾ ਨਾ ਮਾਸਕ ਮਾਸਕ ਉਹ ਇਸ ਤਰ੍ਹਾਂ ਕਰਕੇ ਖਿੱਚਦੇ ਹੋ ਤੇ ਫਿਰ ਉਹ ਜੋ ਪਿੰਪਲ ਤੇ ਜੋ ਡਸਟ ਡੁਸਟ ਸਾਰੀ ਉਹ ਸਿਆਣੇ ਉਹ ਵੀ ਕਹਿੰਦੇ ਹੁੰਦੇ ਨੇ ਹੱਡੀਆਂ ਨਾਲੋਂ ਮਾਸਕ ਨਹੀਂ ਉਹ ਲੈਦਾ ਹੋ ਸਕਦਾ ਉਹ ਯਾਰ ਉਹ ਮਾਸ ਹੁੰਦਾ ਬਹੁਤ ਮਾਸਕ ਇਹ ਹੈ ਮਤਲਬ ਕਿ ਮਾਸ ਵਾਸਤੇ ਇਹ ਮਾਸਕ ਆ ਆਹੋ ਇਹ ਨਾਜ਼ਰੀਨ ਬਹੁਤ ਅੱਛੀ ਚੀਜ਼ ਆ ਜਦੋਂ ਮੱਖੀਆਂ ਗੋਗੇ ਤੇਰਾ ਕਰਕੇ ਆਉਂਦੇ ਗਰਦੋ ਗਬਾਰ ਵਾਸਤੇ ਤੇ ਜਿਹੜਾ ਬਾਹਰ ਅੰਦਰ ਬੰਦਾ ਜਾਂਦਾ ਵਾ ਮਾਸਕ ਮੇਰੇ ਤੇ ਮੱਖੀ ਬੈਠੀ ਨਾ ਤੇ ਮੈਂ ਇੱਥੇ ਲਿਖ ਦੇਣਾ ਗੋਗਾ ਇੱਧਰ ਹੈ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹ ਲਬੇਲਾ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇ ਲਾਏ ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਅਸਲਾਮ ਵਾਲੇਕਮ ਭਾਅ ਜੀ ਵਾਲੇਕਮ ਸਲਾਮ ਜੀ ਭਾਅ ਜੀ ਇੱਧਰ ਕਰ ਦਿਓ ਜ਼ਰਾ ਸਾਈਡ 'ਤੇ ਹਾਂਜੀ ਇੱਥੋਂ ਲੰਘਣਾ ਲੋਕਾਂ ਨੇ ਭਾਅ ਜੀ ਸਾਈਡ ਹੀ ਆ ਨਹੀਂ ਨਹੀਂ ਭਾਅ ਜੀ ਇੱਧਰ ਕਰਕੇ ਲਾ ਦਿਓ ਇਹ ਹਕੂਕਲ ਬਾਦ ਹੁੰਦੇ ਨੇ ਜਗ੍ਹਾ ਛੱਡਣੀ ਚਾਹੀਦੀ ਤੁਰਨ ਫਿਰਨ ਵਾਲਿਆਂ ਲਈ ਆ ਜਾਓ ਹਾਂਜੀ ਹਾਂਜੀ ਭਾਅ ਜੀ ਕੋਈ ਹੈਲਮਟ ਭਾਅ ਜੀ ਦਿਖਾਉਣਾ ਸੀ ਹੈਲਮਟ ਪਾਇਆ ਨਹੀਂ ਤੁਸੀਂ ਕੋਈ ਹੈਲਮਟ ਦਿਖਾਓ ਜਿਹੜਾ ਨਾ ਅਕਸਰ ਮੈਂ ਦੇਖਿਆ ਵਾ ਹੈਲਮਟ ਮੈਂ ਲਏ ਹੈਲਮਟ ਪਾਉਣਾ ਚਾਹੀਦਾ ਭਾਈ ਜੀ ਇਹ ਬਿਲਕੁਲ ਜ਼ਿੰਦਗੀ ਬਚਾਉਂਦਾ ਹੈ ਬੰਦਾ ਡਿੱਗ ਪੈਂਦਾ ਹੈਡ 'ਚ ਸੈੱਟ ਲੱਗਦੀ ਹੈਡ ਕਿਹਨੂੰ ਕਹਿੰਦੇ ਤੈਨੂੰ ਪਤਾ ਨਾ ਹਾਂਜੀ ਉਹ ਹੈਡ ਹੁੰਦਾ ਸੀ ਜੀ ਉਹ VCR ਦੇ ਵਿੱਚ ਜਦੋਂ ਕਚਰਾ ਹੁੰਦਾ ਸੀ ਕਹਿੰਦੇ ਸੀ ਹੈਡ ਸਾਫ਼ ਕਰ ਲਓ ਨਹੀਂ ਸਰ ਇਹ ਹੈਡ ਹੈ ਹੈਡ ਇਹਨੂੰ ਜਿਹੜਾ ਹਾਂ ਇਹਨੂੰ ਹੈ ਸਿਰ ਨੂੰ ਹੀ ਕਹਿੰਦੇ ਆ ਨਾ ਡਾਕਟਰੀ ਲੈਂਗੁਏਜ 'ਚ ਹਾਂਜੀ ਹਾਂਜੀ ਅਤੇ ਭਾਈ ਇਹ ਜ਼ਰੂਰੀ ਪਾਉਣਾ ਚਾਹੀਦਾ ਅਗਰ ਨਹੀਂ ਪਾਉਂਦੇ ਕਿਤੇ ਮੋਟਰਸਾਈਕਲ 'ਤੇ ਐਕਸੀਡੈਂਟ ਤੁਹਾਨੂੰ ਪਤਾ ਕਿੰਨੇ ਮਾਵਾਂ ਦੇ ਪੁੱਤ ਇੰਜ ਹੀ ਟੁਰ ਯਾਰ ਤੂੰ ਕੋਈ ਚੰਗੀ ਗੱਲ ਕਰ ਲਾ ਵੀ ਐਕਸੀਡੈਂਟ ਹੀ ਤੂੰ ਕਰਾਉਣਾ ਵਾ ਬਹੁਤ ਅੱਛੇ ਵੀ ਭਾਅ ਜੀ ਐਕਸੀਡੈਂਟਲੀ ਹੁੰਦਾ ਵਾ ਆਪਣੀ ਸੇਫਟੀ ਵਾ ਐਕਸੀਡੈਂਟ ਯਾਰ ਐਕਸੀਡੈਂਟਲੀ ਨਹੀਂ ਹੁੰਦਾ ਭਾ ਇਹ ਕੇਅਰ ਦਾ ਕਹਿੰਦੇ ਤੂੰ ਕਿਉਂ ਨੈਸ਼ੀ ਪਾਉਣ ਡਿਆ ਵੀ ਪੈਂਦਿਆਂ ਲੈਂਦਿਆਂ ਇਹ ਜੀ ਐਕਸੀਡੈਂਟ ਵਾਲਾ ਹੁੰਦਾ ਜੀ ਬੰਦੇ ਦਾ ਸਿਰ ਵੱਜਦਾ ਤੂੰ ਨਾ ਸਿਰ ਮਾਰ ਭਾਅ ਜੀ ਮੈਂ ਦੇਖਿਆ ਨਾ ਕਈ ਬੰਦੇ ਉਂਝ ਹੀ ਫਿਰੀ ਜਾਂਦੇ ਮੋਟਰਸਾਈਕਲ ਦੇ ਉੱਤੇ ਇਹ ਪਾਉਣਾ ਜ਼ਰੂਰੀ ਆ ਤੁਹਾਡੀ ਇਹਦੇ 'ਚ ਤੁਹਾਡੀ ਸੇਫਟੀ ਆ ਗੋਡੇ ਗਾਡੇ ਛਿੱਲੇ ਜਾਣਗੇ ਸੱਟ ਸਿਰ 'ਚ ਨਹੀਂ ਲੱਗੇਗੀ ਯਾਨੀ ਕਿ ਤੂੰ ਛਲਾਉਣੇ ਆ ਗੋਡੇ ਮੇਰੇ ਜੇ ਨਹੀਂ ਮੈਂ ਵੈਸੇ ਹੀ ਗੱਲ ਕਰ ਰਿਹਾ ਤੁਸੀਂ ਦੇਖ ਲਓ ਭਾਅ ਜੀ ਆ ਦੇਖ ਲਓ ਕਿਹੜਾ ਚਾਹੀਦਾ ਆ ਇੱਦਾਂ ਦਾ ਮੈਂ ਭਾਅ ਜੀ ਲੈ ਕੇ ਗਿਆ ਸੀ ਅੱਗੇ ਲੇਕਿਨ ਨਾ ਉਹਦਾ ਸ਼ੀਸ਼ਾ ਬੜੀ ਜਲਦੀ ਕਰੈਕ ਹੋ ਜਾਂਦਾ ਵਾ ਇਹ ਜਿਹੜਾ ਨਾ ਆਹ ਚੀਜ਼ ਬੜੀ ਜਲਦੀ ਟੁੱਟ ਜਾਂਦੀ ਸ਼ੀਸ਼ਾ ਨਵਾਂ ਪੈ ਜਾਂਦਾ ਭਾਅ ਜੀ ਯਾਨੀ ਕਿ ਇਹਦੇ ਨਵੇਂ ਦਾ ਪਹਿਲਾਂ ਹੀ ਨਵਾਂ ਪਵਾ ਲਾ ਮੈਂ ਨਹੀਂ ਕਈ ਬੰਦੇ ਤਾਂ ਲਾ ਕੇ ਰੱਖ ਦਿੰਦੇ ਕਹਿੰਦੇ ਜੀ ਹਵਾ ਨਹੀਂ ਪੈਂਦੀ ਅੱਗੋਂ ਨਹੀਂ ਨਹੀਂ ਹਵਾ ਨਹੀਂ ਅਸਲ ਸੇਫਟੀ ਤਾਂ ਇਹ ਹੀ ਹੁੰਦੀ ਆ ਹਾਂ ਅਤੇ ਇਹ ਭਾਅ ਜੀ ਇਹ ਮੇਰੇ ਸਾਈਜ਼ ਦਾ ਹੀ ਆ ਸਾਈਜ਼ ਇੱਕੋ ਹੀ ਹੁੰਦਾ ਭਾਅ ਜੀ ਇਹਦੇ 'ਚ ਕੋਈ 7 ਰੁਪਏ ਜੁੱਤੀਆਂ ਦੀ ਦੁਕਾਨ 'ਤੇ ਆਏ ਆ ਮੇਰੇ ਸਾਈਜ਼ ਦਾ ਪਾਓ ਜ਼ਰਾ ਸਿਰ 'ਤੇ ਪਾ ਲਓ ਉਹ ਭਾਅ ਜੀ ਆਹ ਤਾਂ ਲਾ ਲਵੋ ਐਨਕ 'ਤੇ ਲਾਓ ਉਹ ਯਾਰ ਲਾ ਫਿਕਸ ਕਰਾਈ ਆ ਆਹ ਲਾ ਲਓ ਇਹ ਲਾ ਆਪਣੀ ਜੇਬ 'ਚ ਪਾ ਲਓ ਭਾਅ ਜੀ ਅਲੀ ਉੱਧਰ ਵੀ ਗਾਹਕ ਦੇਖ ਯਾਰ ਦੱਸ ਕਿੰਨੇ ਦਾ ਹੈ ਠੀਕ ਹੈ ਭਾਈ ਖੁੱਲਾ ਵਾ ਭਾਈ ਆ ਦੇਖ ਹੈਂਜੀ ਆਹ ਖੁੱਲਾ ਵਾ ਇਹ ਖੁੱਲਾ ਨਹੀਂ ਇਹ ਸਹੀ ਹੈ ਤੁਹਾਡਾ ਸਿਰ ਛੋਟਾ ਹੈ ਭਾਅ ਜੀ ਨਹੀਂ ਭਾਅ ਜੀ ਖੁੱਲਾ ਵਾ ਵਿੱਚ ਪਤਾਵਾ ਰੱਖ ਲਓ ਅਖਬਾਰ ਪਾ ਲਓ ਜਾਂ ਕੋਈ ਚੀਜ਼ ਇਹਦੇ ਵਿੱਚ ਫਿੱਟ ਹੋ ਜਾਂਦਾ ਫਿਰ
नहीं भाजी होना चाहिए है ये ना आ चीज़ा जड़िया ना चुभन ना मेरे ना आ हड्डिया तो इदा चुभन डे भाई भाजी देखो फॉर्म लगा सैडा उत्ते देख लो लगा है ना भाई भाजी है फॉर्म एड्डी छेती लथ जाता ना अच्छा मिनट लगता वा तो पाट जाता वा तो कोई सही जहा दिखाओ जड़ा ना मैं ना मैं करदा वन व्हीलिंग दादा बंदे की करना तू वन व्हीलिंग जा रहा वन व्हीलिंग तो बुरी चीज़ है नहीं वो भाई मुंडे इंजॉय करते रात में मुंडे करना तू कद कर रहे हैं तो क्यों मैं मुंडा नहीं गा मुंडा नहीं तू तो भाई है सियाना बयाना यार सियाना बयाना नहीं दिल जवान होना चाहिए असी रात नू माल ते लैके निकलते हैं तो फिर माल से तेन चढ़न कौन देता चढ़न कौन दिता वा रात असं जाने मुंडे सारे मैं बुरी गल अपने बच्चों भी समझाओ वन व्हीलिंग बुरी चीज़ है यार इंजॉय बड़ा भा वन व्हीलिंग फॉर्म कर रहे थे कद भाई कह दे इंजॉय असं इंजॉय लिए थोड़ा लाए असल जिंदगी ताड़ी जड़ी सेफ्टी है बच जाती है ये सेफ हो जाते हो तुम यह देख लो ऐ लो ए पा के देखो ताड़े रंग ना भी मिलता है देखो यार खलो जा रंग ना मिलता वा मैचिंग है ताड़े ना, नाल ये जड़ी है तुम बिल्कुल फिट आया भाजी यह देखो इनू कढ़ो ना ये दी ए भी कढ़ो तनी जी एनू इत्थे लाओ खुला भाजी की होया खुला भाजी मेरी गल सुनो ताड़े वाल ही नहीं है इसलिए तुम खुला लगता वो यार मैं 400 के हेलमेट लिए मैं पहला ट्रांसप्लांटेशन करा ला अपनी 2.5 लाख ला ला वालों वास्ते तो मैं वो दे जरा मैं पूरा आता ए पूरा है भाजी है देखो तू फिट आया ए यार उत्तों क्या मारदा दिमाग च भजिया वा तू उत्तों क्या सट मारदा मैं आप पा लाँगा फोम लगा बिच भाजी फोम लगा तो तू ठोकना उत्तों ਤੁਸੀਂ ਕਹਿੰਦੇ ਮੈਨੂੰ ਖੁੱਲਾ ਵਾ ਸਹੀ ਹੈਗਾ ਤੇ ਖੁੱਲਾ ਵਾ ਯਾਰ ਕਿੰਨੇ ਨੰਬਰ ਸੇਰਾ ਤੇਰਾ ਉਸ ਹਿਸਾਬ ਨਾਲ ਦੇ ਦੇਣਾ ਕਿੰਨੇ ਨੰਬਰ ਸੇਰਾ ਕਿ ਗੱਡੀ ਕੱਢਣ ਲੱਗਾ ਵਾ ਵੀ ਕਿੰਨੇ ਨੰਬਰ ਕੱਢਣੀ ਤੇ ਬਸ ਫਿਰ ਇਹ ਤੁਹਾਨੂੰ ਪੂਰਾ ਸਾਰੇ ਇਹੀ ਪਾਉਂਦੇ ਆ ਦੇਖੋ ਭਾਜੀ ਮੈਂ ਵੀ ਤੁਹਾਨੂੰ ਪਾ ਕੇ ਦਿਖਾ ਦਿੰਦਾ ਇਹ ਦੇਖੋ ਪੂਰਾ ਉਹ ਭਾਈ ਤੇਰੇ ਪੂਰਾ ਹੈਗਾ ਤੇਰੇ ਪੂਰਾ ਹੋਣਾ ਵਾ ਸਾਡੇ ਕੋ ਹੋਰ ਰੰਗ 'ਚ ਦਿਖਾਓ ਕੋਈ ਤੂੰ ਵੀਰੇ ਵਾਲ ਲਵਾ ਕੇ ਆ ਫਿਰ ਤੈਨੂੰ ਪੂਰਾ ਆਏਗਾ ਅਰੇ ਕਿਹੜੀ ਗੱਲ ਹੋਈ ਵੀ ਵਾਲ ਲਵਾ ਕੇ ਆਵਾਂ ਤੇਰੇ ਜਾਂ ਤੂੰ ਇਸ ਤਰ੍ਹਾਂ ਕਰ ਫੋਮ ਡਬਲ ਕਰਾ ਲਾ ਫਿਰ ਪੂਰਾ ਆਏਗਾ ਫੋਮ ਡਬਲ ਕਰਾ ਲਾ ਤੇ ਤੁਸੀਂ ਦੇ ਹੀ ਡਬਲ ਵਾਲਾ ਦਵੋ ਨਹੀਂ ਡਬਲ ਵਾਲਾ ਸਾਡੇ ਕੋਲ ਨਹੀਂ ਹੁੰਦਾ ਉੱਥੋਂ ਲਵਾਉਣਾ ਪੈਂਦਾ ਸਹੀ ਹੈਗਾ ਤੁਹਾਨੂੰ ਆ ਪਾ ਕੇ ਇੱਕ ਵਾਰੀ ਵੇਖੋ ਮੇਰੇ ਕਹਿਣ 'ਤੇ ਉਹ ਯਾਰ ਤੇਰੇ ਕਹਿਣ 'ਤੇ ਮੈਂ ਅੱਗੇ ਆਪ ਹੀ ਪਾਇਆ ਵਾ ਉਹ ਭਾਈ ਇਹ ਨਾ ਹੈਲਮਟ ਭਾਜੀ ਮਿੰਟ ਮਿੰਟ ਬਾਅਦ ਨਾ ਟ੍ਰੈਫਿਕ ਪੁਲਿਸ ਖਲੋਤੀ ਹੁੰਦੀ ਆ ਅਤੇ ਉਹ ਨਾ ਕਰ ਦਿੰਦੀ ਆ ਚਲਾਨ ਅਤੇ ਚਲਾਨ ਤੋਂ ਮੁਰਾਦ ਇਹ ਪੈਸੇ ਭਰਨ ਤੋਂ ਸਾਨੂੰ ਇਹ ਹੀ ਸਹੀ ਆ ਭਾਜੀ ਉਹਨਾਂ ਨੇ ਜ਼ਾਹਰ ਲਾਓ ਜੋ ਕੀਤਾ ਵੀ ਪਾਉਣਾ ਅਤੇ ਉਹ ਪਾਓਗੇ ਤਾਂ ਫਿਰ ਚਲਾਨ ਨਹੀਂ ਹੋਏਗਾ ਚਲੋ ਕੋਈ ਹੋਰ ਦਿਖਾ ਦਿਓ ਤੁਸੀਂ तेन स्पेशल कढ देना डब्बे चो डब्बियां च पिया माल देख लो सारे ना खोली जा भाई यही लगे आ बार भी है बार भी यही लगे आ ਇਹ ਦੇਖ ਲਓ ਭਾਜੀ ਇਹ ਲਓ ਰੈੱਡ ਤੁਸੀਂ ਮੰਗਦੇ ਸੀ ਨਾ ਇਹ ਲਓ ਸਾਫ਼ ਤਾਂ ਕਰ ਯਾਰ ਟਾਕੀ 'ਤੇ ਮਾਰ ਲਾ ਉੱਤੇ ਸਾਫ਼ ਹੀ ਆ ਭਾਜੀ ਇਹਨੂੰ ਕੀ ਹੋਇਆ ਸਾਫ਼ ਹੀ ਆ ਲਾ ਬਾਬੀ ਦੇ ਨਾਲੀ 'ਚੋਂ ਕੱਢਿਆ ਮੈਂ ਸਾਫ਼ ਆ ਡੱਬੇ 'ਚੋਂ ਕੱਢ ਰਿਹਾ ਇਹ ਲਓ ਮੈਨੂੰ ਇਹ ਮਾਰਨਾ ਪੈਣਾ ਉੱਤੋਂ ਹਲ ਹਲ ਉਹ ਤੂੰ ਤਾਂ ਸਿਰ ਐਂ ਮਾਰਨ ਦਿਆ ਜਿਵੇਂ ਖੋਤਾ ਭੁਤਰੇ ਹੁੰਦਾ ਮੈਂ ਪੱਠੇ ਨਹੀਂ ਖਾਣੇ ਭਾਜੀ ਸਹੀ ਹੈਗਾ ਦੇਖੋ ਫਿੱਟ ਹੈ ਇਹ ਵੇਖ ਆ ਫੋਮ ਵੀ ਆ ਹਰ ਚੀਜ਼ ਹੈ ਇਹਦੇ 'ਚ ਨਹੀਂ ਭਾਜੀ ਖੁੱਲ੍ਹਾ ਵਾ ਕੋਈ ਨਾ ਇੰਝ ਆਵੇ ਫਿੱਟ ਜਿਹੜਾ ਨਾ ਮਾਸਾ ਵੀ ਨਾ ਹਿੱਲੇ ਜਿਹੜਾ 1 ਇੰਚ ਦਾ ਫਰਕ ਵੀ ਨਾ ਹੋਵੇ ਜਿਹਦਾ ਤੂੰ ਗਰਦਨ ਲਾ ਕੇ ਮੈਨੂੰ ਦੇ ਜਾ ਇਹਦੇ ਨਾਪ ਦਾ ਮੈਂ ਬਣਵਾ ਦਿੰਦਾ ਓ ਹੈਲੋ ਹਾਂ ਅਕਲਕਾਰ ਤੇ ਫਿਰ ਇਹੋ ਜਿਹੇ ਹੁੰਦੇ ਹੈਲਮਟ ਸਾਈਜ਼ ਪੂਰਾ ਹੀ ਹੁੰਦਾ ਉਹ ਭਾਈ ਤੂੰ ਸਾਈਜ਼ ਮੈਨੂੰ ਫਿੱਟ ਕਰਕੇ ਦੇਵੇਂਗਾ
ਮੈਂ ਇੱਥੇ ਤੈਨੂੰ ਪਤਾ ਸੜਕਾਂ ਦਾ ਕੀ ਹਾਲ ਹੋਇਆ ਵਾ ਜੋੜੇ ਪੁੱਲ ਦੀਆਂ ਦਾ ਤੇ ਆਪਣਾ ਵੇਖ ਕੀ ਹਾਲ ਹੋਇਆ ਤੇਰਾ ਮੈਨੂੰ ਮੇਰੇ ਹਾਲ ਨੂੰ ਕੀ ਹੋਇਆ ਨਹੀਂ ਸੜਕਾਂ ਦੀ ਵਜ੍ਹਾ ਤੋਂ ਹੀ ਹੋਇਆ ਤੇਰਾ ਵੀ ਇਹ ਤੁਸੀਂ ਪਾਓ ਤੇ ਸਹੀ ਹੈ ਦੇਖੋ ਇਹ ਦੇਖੋ ਓ ਯਾਰ ਯਾਰ ਕਿਉਂ ਉੱਤੋਂ ਕਿਉਂ ਮਾਰਦਾ ਵਾ ਠੋਕਦਾ ਕਿਉਂ ਮੋਚੀ ਸੀ ਪਹਿਲੇ ਤੂੰ ਯਾਰ ਤੂੰ ਆਪੇ ਕਿਹਾ ਜੇ ਨਵਾਂ ਨਵਾਂ ਅੱਗੋਂ ਰਵਾਂ ਹੋ ਜਾਏਗਾ ਹੌਲੀ ਜਿੱਦਾਂ ਜਿੱਦਾਂ ਪਾਏਗਾ ਖੁੱਲ ਜਾਏਗਾ ਰੋੜੀ ਕੁੱਟਦਾ ਰਿਹਾ ਵਾ ਤੂੰ ਪਹਿਲਾਂ ਤੂੰ ਹਥੌੜੀ ਮਾਰਦਾ ਉੱਤੋਂ ਦੋ ਚਾਰ ਦਿਨ ਪਾਏਗਾ ਖੁੱਲ ਜਾਏਗਾ ਇਹ ਸਹੀ ਹੈਗਾ ਭਾਜੀ ਓ ਯਾਰ ਸਹੀ ਕਿਤੇ ਆ ਦੇ ਕੀ ਇਹਦੀ ਨਾ ਗੁਲਾਈ ਨਹੀਂ ਸਹੀ ਹੈਗੀ ਆਹ ਜਿਹੜੀ ਉਹ ਤੂੰ ਸਿਰ 'ਤੇ ਪਾਉਣਾ ਜਾਂ ਇਹ 'ਚ ਚੌਲ ਪਾਉਣੇ ਆ ਗੁਲਾਈ ਨਹੀਂ ਸਹੀ ਉਹ ਨਹੀਂ ਯਾਰ ਉਹਦਾ ਫਿਟਿੰਗ 'ਚ ਪੂਰੀ ਆਵੇ ਹੋਰ ਕੋ ਦੇਖ ਲਓ ਹੋਰ ਦੇਖ ਲਓ ਹੋਰ ਕੋ ਦੇਖ ਲਓ ਆਹ ਵੇਖ ਲਓ ਇਹ ਅਲੀ ਇਹ ਪਾ ਇਹਦੇ 'ਚ ਇਹ ਫੜ ਆਹ ਦਿਖਾਓ ਖਾ ਇਹ ਜਿਹੜਾ ਇਹ ਗ੍ਰੀਨ ਹੈਗਾ ਵੈਸੇ ਤੁਸੀਂ ਨਾ ਵਾਈਟ ਲਵੋ ਤਾਂ ਕਿ ਦੂਰੋਂ ਨਜ਼ਰ ਆਓ ਵੀ ਆ ਰਹੇ ਹੋ ਓਏ ਹੈਲੋ ਕੀ ਵਾਈਟ ਲਵੋ ਨਹੀਂ ਮੈਂ ਆ ਲੋਕ ਜਿਹੜੇ ਮੈਨੂੰ ਦੇਖਦੇ ਆ ਪੈਸੇ ਨਹੀਂ ਦਿਸਦਾ ਮੈਂ ਚੱਲ ਆਹ ਦੇਖੋ ਤੁਸੀਂ ਸੋਲਜਰ ਲੱਗੋਗੇ ਪਾ ਕੇ ਇਹ ਪਾਓ ਜ਼ਰਾ ਇਹ ਕਲਰ ਕੁਲਰ ਤਾਂ ਠੀਕ ਆ ਵਾਕਈ ਇਹ 'ਚ ਲਾਈਟਾਂ ਵੀ ਜਲਦੀਆਂ ਰਾਤ ਨੂੰ ਕਿੱਥੇ ਸੋਚੇ ਦਾ ਵਿਹੜੇ 'ਚ ਲਾਉਣਾ ਵਾ ਲਾਈਟਾਂ ਕਿਹੜੀਆਂ ਜਲਦੀਆਂ ਨਹੀਂ ਇਹਦੇ ਵਿੱਚ ਹੀ ਆ ਸਿਰ 'ਤੇ ਪਾਏਗਾ ਬਲਣਗੀਆਂ ਓ ਯਾਰਾ ਭਈਆ ਤੇਰਾ ਯਾਰ ਦਿਮਾਗ ਖਰਾਬ ਆ ਤੇਰਾ ਕੀ ਆ ਤੂੰ ਉੱਤੋਂ ਠੋਕਦਾ ਕਿਉਂ ਓ ਯਾਰ ਨਾਪ ਨਹੀਂ ਹੁੰਦਾ ਪਹਿਲੀ ਵਾਰੀ ਹੁੰਦਾ ਇੰਜ ਟਾਇਟ ਹੀ ਹੁੰਦਾ ਵਾ ਨਵੀਂ ਚੀਜ਼ ਉੱਤੋਂ ਮੁੱਕੀ ਕਾਹਦੀ ਮਾਰਦਾ ਟੈਂਟਾਂ ਦਾ ਕੰਮ ਕਰਦਾ ਰਿਹਾ ਪਹਿਲਾਂ ਮੁੱਕੀ ਕਾਹਦੀ ਹੁੰਦਾ ਮੈਂ ਕਿੱਲਾ ਠੋਕ ਰਿਹਾ ਤੇਰੇ ਸਿਰ 'ਚ ਤੂੰ ਵੈਸੇ ਆ ਪਾ ਲਾ ਤੂੰ ਉੱਤੋਂ ਮਾਰਦਾ ਵਾ ਮੇਰਾ ਸਿਰ ਦੁਖਣ ਲੱਗ ਗਿਆ ਤਿੰਨ ਵਾਰੀ ਤੂੰ ਉੱਪਰੋਂ ਮਾਰਿਆ ਵਾ ਪੈਰ ਇਹ ਪਾਉਣਾ ਚਾਹੀਦਾ ਭਾਈ ਹਰ ਬੰਦੇ ਨੂੰ ਪਾਉਣਾ ਚਾਹੀਦਾ ਲਓ ਹਾਂ ਆ ਉਹੀ ਮਸਲਾ ਫੇਰ ਆ ਕੀ ਆ ਲੈ ਲੈ ਆ ਲੈ ਆ ਲੈ ਮੇਰਾ ਭਰਾ ਨਾ ਸਿਰ ਤੇ ਸਰਾਣਾ ਪਾ ਕੇ ਫਿਰ ਚੱਲ ਜਾ ਉਹ ਨਹੀਂ ਸਰਾਣਾ ਨਾ ਪਾ ਚਲਾ ਉਹ ਚਲਾਨ ਹੁੰਦਾ ਪਾ ਮਿੰਟ ਮਿੰਟ ਬਾਅਦ ਤੇ ਫਿਰ ਪਾਓ ਨਾ ਇਸੇ ਲਈ ਬੈਠੇ ਆ ਤੁਸੀਂ ਲੈ ਲਓ ਤੇ ਤੂੰ ਕਾਹਦਾ ਦੁਕਾਨਦਾਰ ਆ ਤੂੰ ਫਿੱਟ ਕਰਵਾ ਮੈਨੂੰ ਪੂਰਾ ਜਿਹੜਾ ਮੈਨੂੰ ਪੂਰਾ ਆਵੇ ਜਿਹੜਾ ਹਿੱਲੇ ਨਾ ਪੂਰਾ ਹੁਣ ਮੈਂ ਕੰਪਨੀ ਨੂੰ ਕਹਾਂ ਤੂੰ ਇਹਦੇ ਨਾਪ ਦਾ ਬਣਾ ਦਿਓ ਜੀ ਜਿੱਦਾਂ ਦਾ ਸਿਰ ਆ ਉਹਦੇ ਮੁਤਾਬਕ ਹੀ ਮੈਂ ਦੇਣਾ ਕੋ ਹੋਰ ਦਿਖਾ ਦੇ ਜਿਹੜਾ ਛੋਟੇ ਸਾਈਜ਼ ਦਾ ਯਾਰ ਹੋਰ ਵਿਖਾ ਦੇ ਕੀ ਕੋ ਅੱਲਾ ਮਾਫੀ ਦੇ ਤਸਵੀਰਾਂ ਵਿਖਾ ਰਿਹਾ ਮੈਂ ਤੈਨੂੰ ਆ ਲੱਗੇ ਸਾਰੇ ਹੀ ਇਹ ਪਾਓਗੇ ਭਾਈ ਨਾ ਤੁਹਾਡਾ ਚਲਾਨ ਹੋਏਗਾ ਨਾ ਅੱਲਾ ਮਾਫੀ ਦੇਵੇ ਤੁਹਾਡੀ ਜ਼ਿੰਦਗੀ ਵਧੇਗੀ ਇਹਦੇ ਨਾਲ ਚਲਾਨ ਹੋਏਗਾ ਨਾ ਮੇਹਦੀ ਦੀ ਤਕਲੀਫ ਹੋਏਗੀ ਹੈ ਉਹ ਟ੍ਰੈਫਿਕ ਵਾਲਾ ਰੋਕੇਗਾ ਹੀ ਨਹੀਂ ਤੈਨੂੰ ਨਾ ਤੁਹਾਨੂੰ ਹੈਪਾਟਾਈਟਿਸ ਸੀ ਹੋਊਗੀ ਨਾ ਦਰਦੇ ਸ਼ਕੀਕਾ ਹੋਏਗੀ ਇੰਨਾ ਕੁਛ ਇਹ ਹੈਲਮਟ ਜੀ ਆ ਗਿਆ ਨਹੀਂ ਇਹ ਅੱਛੀ ਚੀਜ਼ ਹੈ ਸੇਫਟੀ ਹੈ ਲੈਣਾ ਚਾਹੀਦਾ ਪਾਉਣਾ ਚਾਹੀਦਾ ਸਿਰ ਦੇ ਉੱਤੇ ਦਿਖਾਓ ਕੋਈ ਹੋਰ ਦਿਖਾਓ ਯਾਰ ਕੋਈ ਇੱਧਰ ਵੇਖ ਲਓ ਕੋਈ ਹੈ ਕਿਤੇ ਆ ਭਾਈ ਤੈਨੂੰ ਵੀ ਉਹ ਆਹ ਦਿਖਾਓ ਖਾਸ ਆਹ ਲੱਕੀ ਵਾਲਾ ਦਿਖਾਓ ਲੱਕੀ ਵਾਲਾ ਸ਼ਾਇਦ ਇਹ ਹੀ ਤੈਨੂੰ ਲੱਕੀ ਆ ਜਾਵੇ ਅਲੀ ਪਾਣੀ ਪਿਆ ਭਾਈ ਉਹਨਾਂ ਨੇ ਉਹ ਉੱਥੋਂ ਪਾਣੀ ਪਿਆ ਪਾਣੀ ਪੀ ਸ਼ਾਇਦ ਬਲਕਿ ਥੋੜ੍ਹਾ ਜਿਹਾ ਤੇਰੇ ਸਿਰ 'ਚ ਪਾਣੀ ਨਾ ਭਾਵੇਂ ਫੁੱਲ ਜਾਏਗਾ ਤੇਰਾ ਸਿਰ ਫਿਰ ਟਾਇਟ ਹੋ ਜਾਏਗਾ ਓਏ ਹੈਲੋ ਕੀ ਕੰਮ ਕੀ ਕਰਦੇ ਹੋ ਭਾਜੀ ਤੁਸੀਂ ਭਾਈ ਮੈਂ ਸੇਲਮੈਨ ਹਾਂ ਅਤੇ ਫਿਰ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਆ ਸਾਰੇ ਦਿਨ ਤੁਸੀਂ ਕੁੱਤੇ ਵਾਂਗੂ ਫਿਰਨਾ ਹੁੰਦਾ ਓਏ ਹੈਲੋ ਸਮਝਦਾਨਾ ਆਪਣੀ ਲੈਂਗੁਏਜ ਸਹੀ ਕਰ ਦੁਕਾਨਦਾਰ ਇੱਦਾਂ ਬਕਵਾਸ ਨਹੀਂ ਕਰਦਾ ਜਿੱਦਾਂ ਤੂੰ ਕਰਨ ਡਿਆ ਭਾਈ ਇੱਦਾਂ ਗਾਹਕ ਵੀ ਨਹੀਂ ਕਰਦਾ ਜਿੱਦਾਂ ਤੂੰ ਸਾਰੇ ਪਾ ਕੇ ਜੂਠੇ ਕਰਦੇ ਆ ਉਹ ਜੂਠੇ ਕਰਦੇ ਬੁਰਕੀ ਲਾ ਲਈ ਹੈਲਮਟ ਦੀ ਮੈਂ ਉਹ ਭਾਈ ਤੂੰ ਪਾ ਕੇ ਲਾਈ ਜਾਂਦਾ ਪਾ ਲਾਈ ਜਾਂਦਾ ਜਿਹੜਾ ਚੈ ਪੂਰਾ ਆਊਗਾ ਉਹ ਹੀ ਲੈਣਾ ਮੈਂ ਅਤੇ ਹਲ ਫੜ ਆ ਪਾ ਲਾ ਫਿਰ ਸੇਲਮੈਨ ਹੀ ਕਾਹਦੀ ਕਰਦੇ ਹੋ ਸੇਲਮੈਨ ਹੀ ਭਾਈ ਸੁਬਹਾ ਸੁਬਹਾ ਨਾ ਬੈਕਰੀਆਂ ਤੋਂ ਲੈ ਕੇ ਨਾ ਮਾਲ ਅਤੇ ਕੇਕ ਰਸ ਅਤੇ ਬਾਕਰਖਾਨੀਆਂ ਉਹ ਮੈਂ ਦੁਕਾਨਾਂ 'ਤੇ ਦਿੰਦਾ ਵਾਂ ਮੋਟਰਸਾਈਕਲ ਮੋਟਰਸਾਈਕਲ 'ਤੇ ਮੋਟਰਸਾਈਕਲ 'ਤੇ ਫਿਰ ਤੁਹਾਡੇ ਲਈ ਬਹੁਤ ਜ਼ਰੂਰੀ ਆ ਤੁਹਾਡਾ ਪਾਉਣਾ ਗਿਆ ਤੁਹਾਡੇ ਨਿੱਕੇ ਨਿੱਕੇ ਬੱਚੇ ਆ ਅਤੇ ਤਿਆਰ ਕਰਿਆ ਕਰੋ ਅਤੇ ਹੁਣ ਕੋਈ ਪਿਆ ਕੇਕ ਰਸ ਕੋਈ ਕੋਈ ਚੀਜ਼ ਪਈ ਹੈ ਨਹੀਂ ਭਾਈ ਅਸੀਂ ਤਾਂ ਮੈਂ ਮਾਲ ਲਾ ਆਇਆ ਮਾਲ ਲਾ ਆਇਓ ਹਾਂਜੀ ਹੁਣ ਤਾਂ ਦੇ ਤਾਂ ਸੁਬਹਾ ਸੁਬਹਾ ਮੈਂ ਫੇਰੀ ਲਾਉਣੀ ਹੁੰਦੀ ਹੈ ਸੁਬਹਾ ਇੱਥੋਂ ਹੀ ਲੰਘਦਾ ਆਹੋ ਇੱਥੋਂ ਹੀ ਲੰਘ ਸੁਬਹਾ ਦੇ ਜੀ ਮੈਨੂੰ ਫਿਰ ਥੋੜ੍ਹੇ ਜਿਹਾ ਕਾਹਦੇ ਵਾਸਤੇ ਤੈਨੂੰ ਦੇ ਜਾ ਆਹ ਪਾ ਕੇ ਦੇਖੋ ਆਹ ਲੱਕੀ ਵਾਲਾ ਸ਼ਾਇਦ ਇਹ ਤੁਹਾਡੇ ਲਈ ਲੱਕੀ ਆ ਭਾਜੀ ਧਿਆਨ ਨਾਲ ਓ ਯਾਰ ਹੈਲੋ ਕੀ ਹੋਇਆ ਓ ਯਾਰ ਤੇਰਾ ਦਿਮਾਗ ਮੇਰਾ ਤੇਰਾ ਦਿਮਾਗ ਤੇ ਨਹੀਂ ਠੀਕ ਤੇਰੀ ਛੇੜ ਤੇ ਨਹੀਂ ਆ ਜਿਹੜੀ ਨਹੀਂ ਨਹੀਂ ਤੇਰੇ ਘਰ ਬੈਲ ਨਹੀਂ ਹੈਗੀ ਤੂੰ ਤੈਨੂੰ ਬੂਹਾ ਖੜਕਾਉਣ ਦੀ ਬੜੀ ਆਦਤ ਪਈ ਮਿੰਟ ਬਾਅਦ ਤੂੰ ਉੱਤੋਂ ਐਂ ਖੜਕਾਉਣ ਆ ਮੇਰੇ ਸਿਰ 'ਚ ਵੱਜਿਆ ਵਾ ਫੇਰ ਓ ਭਾਈ ਤੂੰ ਹਰ ਕੋਈ ਕਹਿੰਦਾ ਖੁੱਲ੍ਹਾ ਮੈਂ ਤਾਂ ਇਸ ਲਈ ਦੇ ਰਿਹਾ ਤੁਹਾਨੂੰ ਤੂੰ ਕਾਹਦੀ ਫਿਟਿੰਗ ਕਰਨ ਤੁਰਿਆ ਵਾ ਤੂੰ ਮੈਂ ਤੁਹਾਡਾ ਹਿਸਾਬ ਲਾ ਲਿਆ ਤੁਹਾਨੂੰ ਖੁੱਲ੍ਹਾ ਨਾ ਇਹ ਸ਼ੋਪਰ ਪਾ ਕੇ ਦੇਖੋ ਤੁਸੀਂ ਓਏ ਹੈਲੋ ਮੈਂ ਟਾਇਟ ਕਰ ਦਿੰਦਾ ਲਾ ਹੋਇਆ ਮੇਰਾ ਸਾਹ ਹੈਲੋ ਫਿਰ ਉਹ ਖੁੱਲ੍ਹਾ ਥੋੜ੍ਹਾ ਜਿਹਾ ਰਹਿ ਲੈਣਾ ਤੂੰ ਅਕਲ ਕਾਰ ਅਕਲ ਤੇ ਫਿਰ ਯਾਰ ਸਾਰੇ ਤੂੰ ਲਾ ਲਾ ਕੇ ਨਾ ਬਦਤਮੀਜ਼ੀ ਨਹੀਂ ਕਰੀਦੀ ਹੁੰਦੀ ਸਮਝਦਾ ਨਾ
ਤੂੰ ਲੈ ਵਿੱਚੋਂ ਜਾ ਉਹ ਯਾਰ ਜਿਹੜਾ ਮੈਨੂੰ ਭਾਅ ਪੂਰਾ ਆਉਂਦਾ ਵਾ ਇੱਥੇ ਜੋੜੇ ਪੋਲ ਹੀ ਮੇਰਾ ਚਲਾਨ ਹੋ ਜਾਣਾ ਵਾ ਜਦੋਂ ਤੇਰਾ ਸਿਰ ਵੱਡਾ ਹੋ ਜਾਏਗਾ ਨਾ ਤੂੰ ਹੋ ਜਾਓ ਆਈ ਮੇਰਾ ਭਰਾ ਯਾਰ ਸਿਰ ਵੱਡੇ ਦੀ ਗੱਲ ਨਹੀਂ ਹੁੰਦੀ ਤੂੰ ਪੂਰਾ ਕਰਕੇ ਫਿਕਸ ਦੇ ਨਾ ਇੱਕ ਲਾਰਜ ਸਾਈਜ਼ ਹੁੰਦਾ ਵਾ ਮੀਡੀਅਮ ਹੁੰਦਾ ਵਾ ਸਮਾਲ ਹੁੰਦਾ ਤੂੰ ਸਮਾਲ ਸਾਈਜ਼ ਦਾ ਦੇ ਮੈਨੂੰ ਇਹਦੇ 'ਚ ਨਹੀਂ ਇਹ ਹੁੰਦਾ ਯਾਰ ਬੱਚਿਆਂ ਦੇ ਸੂਟ ਲੈਣਾ ਆ ਤੂੰ ਮੀਡੀਅਮ ਦੇ ਤੇ ਸਮਾਲ ਦੇ ਹਾਂ ਇਹ ਤਾਂ ਇੱਕੋ ਜਿਹੇ ਹੁੰਦੇ ਕਿਸੇ ਦਾ ਸਿਰ ਵੱਡਾ ਕਿਸੇ ਦਾ ਛੋਟਾ ਜਿਹੜਾ ਪੂਰਾ ਹੋਵੇ ਲੈ ਜਾਵੇ ਉਹ ਯਾਰ ਭਾਅ ਤੂੰ ਆ ਸਾਈਜ਼ ਲੈ ਨਾ ਸਾਈਜ਼ ਲੈ ਲੈਂਦੇ ਭਾਅ ਜੀ ਇਹਦਾ ਇਹਦੇ ਹਿਸਾਬ ਦਾ ਉਹ ਭਾਈ ਇੱਕ ਮਿੰਟ ਹੁਣ ਖਲੋ ਤੇ ਜਾ ਫਿਰ ਤੈਨੂੰ ਮੈਂ ਇਹਦੇ ਹਿਸਾਬ ਨਾਲ ਹੀ ਦੇਵਾਂ ਖੋਤਾ ਬੰਨਣ ਲੱਗਾ ਇਹ ਕਿਹੜਾ ਸਾਈਜ਼ ਆ ਪੂਰੇ ਤੇ ਆ ਯਾਰ ਇਹ ਮੈਂ ਲੈ ਲੈਂਦਾ ਇਹਦੇ ਨਾਲ ਲਾਭ ਹੈਗਾ ਲਾ ਇਹਤੇ ਅੱਛਾ ਪਹੁੰਚਾ ਕਿੰਨਾ ਰੱਖਣਾ ਉਹ ਯਾਰ ਕਿਹੜਾ ਪਹੁੰਚਾ ਹੈਲਮਟ ਦਾ ਕਿਹੜਾ ਹੈਲਮਟ ਦਾ ਪਹੁੰਚਾ ਆ ਗਿਆ ਨਹੀਂ ਭਾਈ ਉਹ ਡਾ ਦਰਜ਼ੀ ਤੋਂ ਨਹੀਂ ਆ ਦੇ ਨਾ ਮੇਰਾ ਭਰਾ ਇਹ ਤਕਰੀਬਨ ਹੈਗਾ ਜੀ ਆਪਣਾ ਅਲੀ ਇਹ ਲਿਖੀ ਜਾ ਨਾਪ ਲਿਖੀ ਜਾ ਫੜ ਉਹ ਤੋਂ ਪੈਨਸਲ ਉਹ ਯਾਰ ਕਿਹੜਾ ਮੈਂ ਸੂਟ ਸਵਾਉਣ ਆ ਗਿਆ ਯਾਰ ਤੂੰ ਕਿਹੜਾ ਮੈਂ ਤੇਰੇ ਕੋਲ ਸਫਾਰੀ ਸੂਟ ਸਵਾਉਣਾ ਨਾਪ ਲੈਣਾ ਉਹ ਤੂੰ ਵੈਸੇ ਦੇਖ ਇਹਦਾ ਸਾਈਜ਼ ਦੇਖ ਵੀ ਕਿੰਨਾ ਵਾ ਮੈਂ ਉਹੀ ਦੇਖ ਰਿਹਾ ਇਹ ਮਾਂ ਬਾਪ ਨੇ ਰੀਝਾ ਨਾ ਬਣਾਇਆ ਸਿਰ ਲੱਗਦਾ ਅਲੀ 12 12 ਲਿਖਦੇ ਕੀ 12 ਲਿਖਦੇ ਤੂੰ ਮੈਨੂੰ ਉਹਨੂੰ ਦੱਸ ਵੀ ਕੀ 12 ਲਿਖਣਾ 12 ਉਹ ਯਾਰ ਸਿਰ ਦਾ ਕਿਹੜਾ ਤੀਰਾ ਹੁੰਦਾ ਜਿਹੜਾ ਤੂੰ 12 ਲਿਖਾਉਣ ਡਿਆ ਤੈਨੂੰ ਜੇ ਪਤਾ ਤਾਂ ਫਿਰ ਲੈ ਲਾ ਇੱਕ ਅੱਧਾ ਉਹ ਤੈਨੂੰ ਕਿਹਾ ਵੀ ਫਿਕਸ ਆਵੇ ਸਿਰਫ ਏਡਾ ਵੀ ਵੀਰੇ ਫਿਕਸ ਨਹੀਂ ਹੁੰਦਾ ਇਹ ਵੇਖ ਲਓ ਇੱਕ ਵਾਰੀ ਕੁਛ ਨਹੀਂ ਇਹਦਾ ਯਾਰ ਫਿਕਸ ਆਵੇ ਇਹਦਾ ਮਤਲਬ ਹਾਂਜੀ ਇਹ ਮਗਜ਼ੀ ਲਾਉਣੀ ਆ ਜਾਂ ਦੂਸਰੇ ਪੈਨ ਵਾਲਾ ਕਲਰ ਉਹ ਯਾਰ ਕਿਹੜਾ ਮੈਂ ਟੇਲਰ 'ਤੇ ਆ ਗਿਆ ਮਗਜ਼ੀ ਕਿਹੜੀ ਹੁੰਦੀ ਆ ਉਹ ਭਾਈ ਸਿਰਫ ਆਹ ਸ਼ੈਵਾਂ ਨਾ ਫਿਕਸ ਆਵੇ ਆਹ ਜਿਹੜੀਆਂ ਜੀ ਮੈਂ ਇਹੀ ਦੇਖ ਰਿਹਾ ਭਾਈ ਇੱਕ ਮਿੰਟ ਸਲਵਾਰ ਨੂੰ ਜੇਬ ਲਾਉਣੀ ਉਹ ਯਾਰ ਬੰਦ ਕਰੋ ਭਾ ਸਲਵਾਰ ਨੂੰ ਜੇਬ ਲਾਉਣੀ ਆ ਹੈਲਮਟ ਪਵਾ ਪੂਰਾ ਜਿਹੜਾ ਇੰਜ ਪੂਰਾ ਫਿਕਸ ਆਵੇ ਇੰਜ ਵੀ ਤਾਂ ਮਿਲਣਾ ਨਾ ਅਸੀਂ ਲੰਬਾਈ ਭਾਅ ਜੀ 42 ਠੀਕ ਆ ਉਹ ਯਾਰ 42 ਕਿਹੜੀ ਤੂੰ ਫੱਟੀ ਘੇਰਾ ਰੱਖਣਾ ਵਾ ਹੈਲਮਟ ਦਾ ਕੋਈ ਹੈਲਮਟ ਅਸੀਂ ਇੱਕ ਵਾਰੀ ਸਾਲ 'ਚ ਲਾਉਣਾ ਹੁੰਦਾ ਨਾ ਆਪਣਾ ਇਹ ਸਾਦਾ ਜਾਂ ਕਢਾਈ ਵਾਲਾ ਹੋਵੇ ਉਹ ਯਾਰ ਹਟ ਜਾ ਭਾ ਹਟ ਜਾ ਜਿਹੜਾ ਸਾਦਾ ਕਢਾਈ ਵਾਲਾ ਤੈਨੂੰ ਕੋਈ ਤਮੀਜ਼ ਹੋਵੇ ਦੁਕਾਨਦਾਰੀ ਕਿੱਦਾਂ ਕਰੀਦੀ ਆ ਆ ਤੂੰ ਕਿਉਂ ਉੱਤੋਂ ਮਾਰਦਾ ਵਾ ਕੀ ਗੱਲ ਆ ਤੈਨੂੰ ਕਿਉਂ ਕੀ ਹੋਇਆ ਆ ਸਿਰ 'ਚ ਸੱਟ ਲੱਗੀ ਮੇਰੇ ਸਿੱਧੇ ਜਾਣੇ ਤੂੰ ਕਹਿ ਰਿਹਾ ਨਾ ਖੁੱਲੇ ਆ ਤੇ ਮੈਂ ਤੈਨੂੰ ਟਾਈਟ ਦਿਖਾ ਰਿਹਾ ਇਸੇ ਲਈ ਉਹ ਯਾਰ ਪੂਰਾ ਹੋਵੇ ਆ ਲੈ ਆ ਮੈਂ ਤੇਰੇ ਸਾਹਮਣੇ ਪਾ ਲੈ ਕਿਹੜਾ ਲਾ ਕੇ ਬੈਠਾ ਤੂੰ ਤੇ ਹੁਣ ਮੈਂ ਤੈਨੂੰ ਕਿਹੜਾ ਨਾਪ ਦਾ ਦੇ ਦੇ ਇੰਨਾ ਕੁ ਥੋੜਾ ਬਹੁਤਾ ਤੇ ਹੁੰਦੀ ਆ ਲਚਕ ਵਿੱਚ ਯਾਰ ਲਚਕ ਕਿਹੜੀ ਹੁੰਦੀ ਆ ਚੰਗੀ ਭਲੀ ਮੇਰਾ ਸਿਰ ਹਿਲਦਾ ਕਰਕੇ ਤੇਰਾ ਸਿਰ ਛੋਟਾ ਮੈਂ ਕੀ ਕਰਾਂ ਆਪਣੇ ਸਿਰ ਤੇ ਪਾ ਲਵਾਂ ਤੂੰ ਕੋਈ ਉਹ ਦੇਖ ਇਹ ਹੈ ਕਿੰਨੇ ਦਾ ਵਾ ਮੀਡੀਅਮ ਸਾਈਜ਼ ਦਾ ਇਹ ਭਾਅ ਜੀ ਹੈਗਾ ਆਪਣਾ 1300 ਦਾ ਹਾਂਜੀ 1300 ਦਾ ਇਹ ਬਹੁਤ ਅੱਛੀ ਕੁਆਲਿਟੀ ਹੈਗੀ ਆ ਅੱਛੀ ਯਾਰ ਸ਼ੀਸ਼ਾ ਭਾਅ ਟੁੱਟ ਜਾਂਦਾ ਵਾ ਜਿਹੜਾ ਤੂੰ 1300 ਦਾ ਮੈਂ 2 ਤੋੜ ਬੈਠਾ ਵਾ ਅੱਗੇ ਇਦਾਂ ਦੇ ਉਹ ਸ਼ੀਸ਼ੇ ਦਾ ਕੋਈ ਨਹੀਂ ਭਾਅ ਜੀ ਨਵਾਂ ਵੀ ਪੈ ਜਾਂਦਾ ਇਹਦਾ ਕੋਈ ਰੌਲਾ ਨਹੀਂ ਹੈਗਾ ਉੱਥੇ ਬੈਠੇ ਸੈਕਿੰਡ ਹੈਂਡ ਵੀ ਉਹ ਠੀਕ ਵੀ ਕਰ ਦਿੰਦੇ ਆ ਤੇ ਤੁਸੀਂ ਪਹਿਲਾਂ ਜੈਨੂਇਨ ਦਵੋ ਜਿਹੜਾ ਟੁੱਟੇ ਨਾ ਇਹ ਨਹੀਂ ਟੁੱਟਦਾ ਇਹ ਟੁੱਟੇਗਾ ਇੱਥੇ ਲੈ ਆਈ ਤੂੰ ਮੈਂ ਇੱਥੇ ਹੀ ਹੁੰਦਾ ਮੇਰਾ ਗੁਜਰਾਂ ਵਾਲੇ ਟੁੱਟਾ ਤੇ ਮੈਂ ਉਹ ਕਿੱਥੋਂ ਲੈ ਆਵਾਂ ਇੱਥੇ ਤੇ ਤੂੰ ਜ਼ਰੂਰੀ ਗੁਜਰਾਂ ਵਾਲੇ ਆ ਕੇ ਤੋੜਨਾ ਤੂੰ ਇੱਥੇ ਆ ਕੇ ਤੋੜ ਲਈ ਨਹੀਂ ਇਹ ਹੈਲਮਟ ਲੈ ਕੇ ਤੇਰੇ ਆਲੇ ਦੁਆਲੇ ਫਿਰਦਾ ਰਹਾਂ ਵੀ ਟੁੱਟ ਜਾਏ ਤੇ ਤੈਨੂੰ ਸੌਖਾ ਫੜਾ ਦਾਂ ਨਹੀਂ ਭਾਅ ਜੀ ਇੱਥੇ ਹੀ ਹੁੰਦੇ ਅਸੀਂ ਬੈਠੇ ਹੁੰਦੇ ਹਾਂ ਤੁਸੀਂ ਆ ਜਾਓ ਤੁਹਾਨੂੰ ਚੇਂਜ ਕਰ ਦਿਆਂਗੇ 1300 ਦੇ ਭਾਈ ਬਹੁਤ ਜ਼ਿਆਦਾ 1200 ਦੇ ਦਿਓ ਨਹੀਂ ਨਹੀਂ ਕੋਈ ਸੈਕਿੰਡ ਹੈਂਡ ਨਹੀਂ ਪਿਆ ਕੋਈ ਪੁਰਾਣਾ ਹੋਵੇ ਲੇਕਿਨ ਹੋਵੇ ਜੈਨੂਇਨ ਸੈਕਿੰਡ ਹੈਂਡ ਆਹੋ ਮੋਟਰਸਾਈਕਲ ਲੈਣੀ ਤੂੰ ਇਹ ਸੈਕਿੰਡ ਹੈਂਡ ਕਿੱਥੋਂ ਲੱਭਦੇ ਉਹ ਸੈਕਿੰਡ ਹੈਂਡ ਹੁੰਦੇ ਆ ਜਿਹੜੇ ਤੂੰ ਸਿਰਾਂ ਤੇ ਪਾਏ ਸੈਕਿੰਡ ਹੈਂਡ ਹੀ ਹੋ ਗਏ ਆ ਕਿੱਦਾਂ ਸੈਕਿੰਡ ਦਿਲ ਕਰੇ ਮੇਰੇ ਵੀ ਨਾ ਵਿਕਣ ਸੈਕਿੰਡ ਹੈਂਡ ਨਹੀਂ ਹੁੰਦਾ ਭਾਈ ਜੀ ਇਹ ਕੋਈ ਦੇਖ ਲੈ ਲਓ ਸਸਤਾ ਜੇ ਇਹ 600 ਰੁਪਇਆ ਦੇ ਦੇਣਾ ਹਲੇ ਠੀਕ ਆ ਰਿਹਾ 600 ਉਹ ਯਾਰ ਹਲਕਾ ਵਾਲਾ ਹਲ ਉਹ ਸਿਰ ਤੇ ਹਲਕਾ ਹੀ ਹੋਣਾ ਚਾਹੀਦਾ ਮੈਂ ਹੁਣ ਤੇਰੇ ਸਿਰ ਤੇ 20 ਇੱਟਾਂ ਰੱਖਦੇ ਆ ਭਾਰ ਪੈ ਜਾਵੇ ਇਹ ਹੋ ਹਲਕਾ ਹੀ ਹੋਣਾ ਚਾਹੀਦਾ ਤਾਂ ਕਿ ਹਲਕਾ ਫੁਲਕਾ ਲੱਗੇ ਉਹ ਭਾਈ ਡਿੱਗਿਆ ਪਹਿਲਾਂ ਟੁੱਟਦਾ ਵਾ ਜਿਹੜਾ ਹਲਕਾ ਹੁੰਦਾ ਵਾ ਸਮਝਦਾ ਨਾ ਉਹ ਤੂੰ ਜ਼ਰੂਰ ਡਿੱਗਣਾ ਹਾਂ ਤੇ ਕਾਹਦੇ ਵਾਸਤੇ ਕੇਅਰ ਵਾਸਤੇ ਰੋਟੀ ਖਾਣੀ ਆ ਹੈਲਮਟ ਪਾ ਕੇ
ਡਿੱਗੇਗਾ ਨਾ ਕੁਛ ਨਹੀਂ ਹੁੰਦਾ ਤੇਰੇ ਨਾਲ ਬਹੁਤ ਇੱਟ ਮਾਰ ਲਾ ਉੱਥੇ ਮੇਰੇ ਵੱਲੋਂ ਜਾ ਕੇ ਹਲ ਮਾਰ ਲਾ ਉੱਥੇ ਨਹੀਂ ਮੈਂ ਕੋਈ ਇੱਟ ਮਾਰ ਲਾ ਮੁੜ ਕੇ ਦਿੱਤਾ 1300 ਭਰਨਾ ਪਵੇ ਮੈਨੂੰ ਨਹੀਂ ਇਹ 1300 ਨਹੀਂ ਇਹ 600 ਦਾ ਭਾਜੀ ਅੱਧੋ ਅੱਧ ਦਾ ਫਰਕ ਹੈਗਾ 600 ਆਹੋ ਸੈਕਿੰਡ ਹੈਂਡ ਨਹੀਂ ਪਿਆ ਤੁਹਾਡੇ ਕੋਲ ਯਾਨੀ ਕਿ ਤੂੰ ਆਪਣੇ ਮੂੰਹ ਦੇ ਮੁਤਾਬਕ ਲੈਣਾ ਚਾਹੁੰਦਾ ਸੈਕਿੰਡ ਹੈਂਡ ਹੈਲੋ ਮੂੰਹ ਦੀ ਗੱਲ ਨਾ ਕਰ ਆਪਣਾ ਗਾਹਕੀ ਗਾਹਕ ਨਾਲ ਨਾ ਜਿੱਦਾਂ ਡੀਲ ਕਰੀਦਾ ਉੱਦਾਂ ਕਰ ਸੈਕਿੰਡ ਹੈਂਡ ਫਿਰ ਇਹ ਹੈਗਾ ਭਾਜੀ ਇਹ ਲੈ ਲਓ ਹੈਲੋ ਇਹ ਪਾ ਲਓ ਆ ਕੀ ਆ ਇਹ ਹੈਂ ਕੀ ਆ ਸੈਕਿੰਡ ਹੈਂਡ ਇਹ ਵਾਹਵਾ ਹੀ ਸੈਕਿੰਡ ਹੈਂਡ ਲੱਗਦਾ ਤੇ ਤੂੰ ਕਿਹੜਾ ਨਵਾਂ ਹੈ ਤੇਰੇ ਤੋਂ ਤਾਂ ਸੋਹਣਾ ਹੀ ਆ ਯਾਰ ਇੱਦਾਂ ਦਾ ਵੀ ਸੈਕਿੰਡ ਹੈਂਡ ਨਹੀਂ ਸਾਰਾ ਸਰਪੰਚੋ ਦਾ ਬਾਹਰ ਆਇਆ ਵਾ ਤੇ ਸੈਕਿੰਡ ਹੈਂਡ ਇੰਜ ਦਾ ਹੀ ਹੁੰਦਾ ਫਿਰ ਨਵਾਂ ਇੰਜ ਦਾ ਵਾ ਤੂੰ ਯਾਰ ਕਿਸੇ ਪਾਸੇ ਵੀ ਨਹੀਂ ਖਲੋ ਰਿਹਾ ਇਹ ਕਿੰਨੇ ਦਾ ਹੈਂ ਇਹ ਕਿੰਨੇ ਦਾ ਇਹ 300 ਰੁਪਇਆ ਦੇ ਦੀ ਚੱਲ ਖੈਰ ਜੇ ਚ ਮਿੱਟੀ ਬਹੁਤ ਆ ਯਾਰ ਮੇਰੀ ਗੱਲ ਸੁਣ ਹਾਂ ਚੰਗਾ ਭਲਾ ਅੱਲਾ ਨੇ ਤੈਨੂੰ ਸ਼ਔਰ ਦਿੱਤਾ ਵਾ ਮਿਹਨਤ ਕਰਦਾ ਵਾ ਦੌਲਤ ਕਮਾਉਂਦਾ ਪੈਸੇ ਕਮਾਉਂਦਾ ਨਾ ਸ਼ੁਕਰ ਆ ਤੇ ਜੇ ਤੂੰ ਇੱਕ ਮਜ਼ਦੂਰ ਨੂੰ ਵੈਸੇ ਕਵੇਂ ਵੀ ਅੱਲਾ ਭਾ ਪਾ ਲਾ ਜਾ ਅੱਲਾ ਦੁਆ ਕਰਦੀ ਮੈਂ ਤੇਰੇ ਹੱਕ ਦੁਆ ਕਰਦਾ ਹੈਲਮਟ ਅੱਲਾ ਵਾਸਤੇ ਕੌਣ ਦਿੰਦਾ ਭਾਈ ਕਿਉਂ ਲੈ ਅਸੀਂ ਆਪਣੇ ਬੱਚਿਆਂ ਵਾਸਤੇ ਬੈਠੇ ਇੱਥੇ ਉਹ ਯਾਰ ਇਹਦੇ 100-200 ਰੁਪਈਆ ਇੱਕ ਚੋਂ ਬਚਦੇ ਤੇ ਮੈਂ ਤੈਨੂੰ ਅੱਲਾ ਵਾਸਤੇ ਦੇ ਦਿਆਂ ਉਹ ਯਾਰ ਇਹਦੇ 'ਚ ਹੈ ਕੀ ਆ ਤੈਨੂੰ ਅੱਲਾ ਨੇ ਅਕਲ ਨਹੀਂ ਦਿੱਤੀ ਤੂੰ ਕੰਮ ਕਰ ਨਹੀਂ ਕੰਮ ਤੇ ਮੈਂ ਕਰਦਾ ਵੀ ਇਦਾਂ ਦਾ ਤੇ ਵੈਸੇ ਬੰਦਾ ਕਹਿੰਦਾ ਵੀ ਜਾ ਯਾਰ ਪਾ ਲਈ ਜਾ ਕੋਈ ਮਸਲਾ ਨਹੀਂ ਆ ਦੇ ਲੈ ਕੀ ਆ ਤੂੰ ਸੈਕਿੰਡ ਹੈਂਡ ਮੰਗਿਆ ਮੈਂ ਤੈਨੂੰ ਦੇਤਾ ਵਾ ਚੱਲ ਰੁਪਈਏ 50 ਲੈ ਲੈ ਇਹਦੇ 'ਚ ਫਿਰ ਹਵਾ ਭਰਾਈ ਮੇਰੇ ਕੋਲੋਂ 50,000 ਤੇਰੀ ਮਿਹਰਬਾਨੀ ਕੰਮ ਕਰ ਆਪਣਾ ਯਾਰ ਇੰਨਾ ਤੇ ਨਾ ਬੰਦਾ ਜਿਹੜਾ ਕੰਮ ਕਮਾਈ ਵਾਲਾ ਵਾ ਬੰਦਾ ਵੈਸੇ ਹੀ ਕਹਿੰਦਾ ਵੀ ਆ ਦੇ ਚਲੋ ਮੈਂ ਇਹ ਲੈ ਜਾਂਦਾ ਵਾ ਯਾਰ ਜੈ ਮੈਂ ਤੂੰ ਲੈ ਜਾਂਦਾ ਉਹ ਨਹੀਂ ਭਾਜੀ ਨਹੀਂ ਤੁਸੀਂ ਇਹ ਲੈਣਾ ਵਾ ਤੇ 250 ਰੁਪਈਆ ਦੇ ਦੇਣਾ ਲੈ ਜਾਓ ਨਹੀਂ ਜੇ ਮੈਂ ਐਡਾ ਭੈੜਾ ਪੈਸੇ ਹੀ ਖਰਚਣੇ ਆ ਫਿਰ ਆਹ ਦਵੋ ਮੈਨੂੰ ਜ਼ਰਾ ਇਹ ਲੈ ਲਓ ਆਹ ਜ਼ਰਾ ਸਸਤਾ ਵਾ ਇਹ 600 ਦੇ ਦੇਣਾ ਤੁਸੀਂ ਤੁਹਾਡੇ ਵਾਸਤੇ ਓ ਯਾਰ ਓਏ ਮਾਰਨਾ ਬੈਠ ਲੋ ਜਾ ਏ ਮਾਰਨਾ ਅਕਲ ਕਰ ਲੈ ਕੋ ਅਕਲ ਕਰ ਲੈ ਹਰ ਗਾਹਕ ਨੂੰ ਮਾਰੀਦਾ ਇੰਜ ਕਿਉਂ ਗਾਹਕ ਨੂੰ ਤੈਨੂੰ ਕੋ ਬਚਪਨ ਦੀ ਯਾਦ ਆਤਾ ਤਾਂ ਪਾਲਾ ਸਿਰ ਤੇ ਆਹ ਕੁਛ ਫਿਰ ਓਏ ਹੋਏ ਟਰਮੀਨੇਟਰ ਥੂ ਲੱਗ ਰਿਹਾ ਯਕੀਨ ਕਰ ਇਹ ਲਾ ਦਿਓ ਇਹ ਉੱਤੋਂ ਨਹੀਂ ਨਹੀਂ ਬਲਕਿ ਰਹਿਣ ਦੇ ਜਦੋਂ ਲਾਏਗਾ ਉਦੋਂ ਨਵੀਂ ਜਦੋਂ ਲਾਏਗਾ ਆਹ ਫਿਕਸ ਆ ਕੁਛ ਨਾ ਠੀਕ ਆ ਬਿਹਤਰ ਆ ਅੱਗੇ ਨੂੰ ਹਾਂ ਦੇਖੇ ਨਾ ਇੱਥੇ ਤੂੰ ਬਹਿਸ ਕੀਤੀ ਨਾ ਤੇਰਾ ਸਿਰ ਭਾਰਾ ਹੋ ਗਿਆ ਮੈਂ ਜ਼ਰਾ ਆਇਆ ਟਰਾਈ ਲੈ ਕੇ ਮਾੜਾ ਜਿਹਾ ਟਰਾਈ ਲੈ ਕੇ ਮੋਟਰਸਾਈਕਲ ਆ ਟਰਾਈ ਲੈ ਕੇ ਉਹ ਟਰਾਈ ਤੇ ਲੈ ਮੈਂ ਕਿਉਂ ਇਹਦੀ ਕਦੇ ਟਰਾਈ ਨਹੀਂ ਹੁੰਦੀ ਉਹ ਟਰਾਈ ਮੋਟਰਸਾਈਕਲ ਦੀ ਹੁੰਦੀ ਆ ਜੂਸਰ ਮਸ਼ੀਨ ਦੀ ਹੁੰਦੀ ਆ ਵੀ ਤੈਨੂੰ ਚਲਾ ਕੇ ਦਈਏ ਇਹ ਹੈਲਮਟ ਦੀ ਕਿਹੜੀ ਟਰਾਈ ਹੁੰਦੀ ਯਾਰ ਮੈਂ ਗੇੜਾ ਤੇ ਕੱਢ ਕੇ ਆਵਾਂ ਉਹ ਤੂੰ ਸਾਨੂੰ ਗੇੜਾ ਕਰਾਉਣ ਲੱਗਾ ਉਹ ਠਹਿਰ ਓਏ